ਸੋ ਦੋਸਤੋ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ 'ਤੇ ਸਵਾਗਤ ਹੈ ਅਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਅੱਜ ਦੀ ਸਭ ਤੋਂ ਵੱਡੀ ਖਬਰ ਲੈ ਕੇ, ਬਲਕਿ ਦੋ ਖਬਰਾਂ, ਇੱਕ ਹੋਰ ਖਬਰ ਮੁੰਬਈ ਤੋਂ ਵੀ ਇਕੁਅਲੀ ਇੰਪੋਰਟੈਂਟ ਆ ਰਹੀ ਹੈ, ਉਹਦਾ ਜ਼ਿਕਰ ਵੀ ਕਰਾਂਗੇ। ਸਭ ਤੋਂ ਪਹਿਲਾਂ ਖਬਰ ਆ ਰਹੀ ਆ ਅਮਰੀਕਾ ਦੇ ਕੈਲੀਫੋਰਨੀਆ ਇਲਾਕੇ ਦੇ ਸ਼ਹਿਰ ਫ੍ਰੈਸਨੋ ਤੋਂ, ਜਿੱਥੇ ਕਿਹਾ ਜਾਂਦਾ ਹੈ ਜਾਂ ਮੰਨਿਆ ਵੀ ਜਾਂਦਾ ਹੈ ਕਿ ਲਾਰੈਂਸ ਬਿਸ਼ਨੋਈ ਦਾ ਖਾਸ ਗੈਂਗਸਟਰ ਗੋਲਡੀ ਬਰਾਡ ਅੱਜ ਉੱਥੋਂ ਦੇ ਸ਼ਾਮ ਦੇ 5:30 ਵਜੇ ਦੇ ਕਰੀਬ ਇੱਕ ਘਾਤਕ ਹਮਲੇ ਵਿੱਚ ਮਾਰਿਆ ਜਾਂਦਾ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਅਧਿਕਾਰਤ ਤੌਰ 'ਤੇ ਨਾ ਤਾਂ ਅਮੈਰੀਕਨ ਪੁਲਿਸ ਨੇ ਕੀਤੀ ਹੈ ਅਤੇ ਨਾ ਹੀ ਭਾਰਤੀ ਏਜੰਸੀਆਂ ਨੇ ਕੀਤੀ ਹੈ। ਪੰਜਾਬ ਪੁਲਿਸ ਦੇ ਅਫਸਰ ਭਾਵੇਂ ਦੱਬੀ ਆਵਾਜ਼ ਵਿੱਚ ਮੰਨਦੇ ਹਨ ਕਿ ਕੁਝ ਹੋਇਆ ਹੈ, ਪਰ ਅਧਿਕਾਰਤ ਤੌਰ 'ਤੇ ਦੱਸਣਾ ਨਹੀਂ ਚਾਹੁੰਦੇ, ਕਿਉਂਕਿ ਹੋ ਸਕਦਾ ਹੈ ਅੱਜ ਦੇਰ ਸ਼ਾਮ ਤੱਕ ਪੰਜਾਬ ਦੇ DGP ਕੋਈ ਸਟੇਟਮੈਂਟ ਦੇਣ ਜਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਕੋਈ ਬਿਆਨ ਆਵੇ ਜਾਂ NIA ਜਾਂ ਹੋਮ ਮਿਨਿਸਟਰੀ ਦਿੱਲੀ ਤੋਂ ਕੋਈ ਬਿਆਨ ਦੇਵੇ, ਇਸ ਗੱਲ ਦੀ ਆਸ਼ਾ ਕੀਤੀ ਜਾਂਦੀ ਹੈ। ਹਾਲਾਂਕਿ ਕੁਝ ਇਹੋ ਜਿਹੀਆਂ ਖਬਰਾਂ ਵੀ ਆਈਆਂ ਕਿ ਗੋਲਡੀ ਬਰਾੜ ਦੀ ਮੌਤ ਦੀ ਜ਼ਿੰਮੇਦਾਰੀ ਵੀ ਕੁਝ ਲੋਕਾਂ ਨੇ ਲੈ ਲਈ ਆ। ਦੇਸ਼ ਤੋਂ ਬਾਹਰ ਕੁਝ ਜਿਹੜੇ ਇੱਥੇ ਸੋਸ਼ਲ ਮੀਡੀਆ ਅਕਾਊਂਟਸ ਹੁੰਦੇ ਆ, ਉਹਨਾਂ 'ਤੇ ਇਸ ਗੱਲ ਦੀ ਕਿਤੇ ਇੱਕਾ ਦੁੱਕਾ ਖਬਰ ਵੀ ਛਾਪੀ ਹੈ, ਜਿਹੜੀ ਕੋਈ ਆਈਡੈਂਟੀ ਅਜੇ ਕਲੀਅਰ ਨਹੀਂ ਹੋ ਸਕੀ ID, ਕਿ ਉਹ ID ਅਸਲੀ ਨੇ ਜਾਂ ਫੇਕ ਨੇ। ਲੇਕਿਨ ਕਿਹਾ ਜਾਂਦਾ ਹੈ ਕਿ ਲਖਵੀਰ ਸਿੰਘ ਲੰਡਾ ਹਰੀਕੇ ਔਰ ਅਰਸ਼ਦੀਪ ਸਿੰਘ ਡੱਲਾ, ਜਾਣੀ ਕਿ ਅਰਸ਼ ਡੱਲਾ, ਇਹਨਾਂ ਦੋਨਾਂ ਨੇ ਇਸ ਗੱਲ ਦੀ ਕਥਿਤ ਤੌਰ 'ਤੇ ਜਾਣਕਾਰੀ ਦਿੱਤੀ ਹੈ ਕਿ ਇਹ ਕੰਮ ਉਹਨਾਂ ਵੱਲੋਂ ਕੀਤਾ ਗਿਆ, ਪਰ ਸਾਡੇ ਕੋਲ ਅਜੇ ਤੱਕ ਇਹੋ ਜਿਹੀ ਕੋਈ ਉਹਨਾਂ ਦੀ ਕਲੇਮ ਕਰਨ ਵਾਲੀ ਪੋਸਟ ਜਾਂ ਦਾਅਵਾ ਨਹੀਂ ਪਹੁੰਚਿਆ ਹੈ। ਮੈਂ ਸਵੇਰ ਤੋਂ ਅੱਜ ਇੱਥੋਂ ਦੇ ਅਰਲੀ ਮੋਰਨਿੰਗ ਤੋਂ ਕੋਸ਼ਿਸ਼ ਕਰ ਰਿਹਾ ਸੀ ਹਰੀਕੇ ਦਾ ਨੰਬਰ ਲਾਉਣ ਦੀ, ਲੇਕਿਨ ਉਹ ਨੰਬਰ ਨਹੀਂ ਲੱਗ ਰਿਹਾ, ਨਾ ਹੀ ਅਰਸ਼ ਡੱਲੇ ਦਾ ਨੰਬਰ ਲੱਗ ਰਿਹਾ ਹੈ। ਮੇਰੇ ਕੋਲ ਦੋਨਾਂ ਦੇ ਨੰਬਰ ਹੈਗੇ ਆ, ਕਈ ਮਹੀਨੇ ਪਹਿਲਾਂ ਤੱਕ ਉਹ ਮੇਰੇ ਟੱਚ 'ਚ ਸੀਗੇ, ਮੈਂ ਕਈ ਵਾਰੀ ਦੱਸ ਚੁੱਕਿਆ ਤੁਹਾਨੂੰ, ਪਰ ਅੱਜ ਉਹਨਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਹੋ ਸਕਿਆ। ਸ਼ਾਇਦ ਉਹ ਜਾਣ ਬੁੱਝ ਕੇ ਅਜੇ ਮੀਡੀਆ ਨਾਲ ਗੱਲ ਨਹੀਂ ਕਰਨੀ ਚਾਹੁੰਦੇ, ਬੜੇ ਲੋਕਾਂ ਦੇ ਫੋਨ ਜਾ ਰਹੇ ਹੋਣੇ ਆ, ਸ਼ਾਇਦ ਕਿਤੇ ਬੈਠੇ ਖੁਸ਼ੀਆਂ ਵੀ ਮਨਾਉਂਦੇ ਹੋਣਗੇ ਜਾਂ ਕੋਈ ਉਹਨਾਂ ਦੀ ਆਪਣੀ ਪਰਸਨਲ ਕਾਰਨ ਹੋਣਗੇ ਜੋ ਟੈਲੀਫੋਨ 'ਤੇ ਅਜੇ ਗੱਲ ਨਹੀਂ ਕਰਨਾ ਚਾਹੁੰਦੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸਰਕਾਰੀ ਏਜੰਸੀਆਂ ਇਸ ਮੌਕੇ 'ਤੇ ਗੱਲ ਨਹੀਂ ਕਰਨੀਆਂ ਚਾਹੁੰਦੀਆਂ। ਹੁਣ ਇਹ ਸਾਰਾ ਹਾਦਸਾ ਕੀ ਹੈ ਸੰਖੇਪ ਵਿੱਚ? ਗੋਲਡੀ ਬਰਾੜ, ਉਹਦਾ ਇੱਕ ਅਣਪਛਾਤਿਆ ਸਾਥੀ ਉਹਦੇ ਨਾਲ ਆਪਣੇ ਘਰ ਦੇ ਥੱਲੇ ਖੜ੍ਹੇ ਗੱਲਾਂ ਕਰ ਰਹੇ ਸੀ। ਐਲੀ ਜਿਹਨੂੰ ਛੋਟੀ ਜਿਹੀ ਗਲੀ ਕਹਿ ਦਿੰਦੇ ਹਾਂ, ਜਿਹੜੀ ਦੋ ਬਿਲਡਿੰਗਾਂ ਦੇ ਵਿਚਾਲੇ ਹੁੰਦੀ ਆ, ਉੱਥੇ ਖੜ੍ਹੇ ਗੱਲਾਂ ਕਰ ਰਹੇ ਸੀ। ਅਚਾਨਕ ਦੋ ਬੰਦੇ ਆਉਂਦੇ ਆ, ਉਹਨਾਂ ਨਾਲ ਪਹਿਲਾਂ ਇਹਨਾਂ ਦੀ ਗੱਲਬਾਤ ਹੁੰਦੀ ਆ ਔਰ ਉਸ ਤੋਂ ਬਾਅਦ ਝਗੜਾ ਹੁੰਦਾ ਹੈ, ਹੱਥੋਂ ਪਾਈ ਵੀ ਹੁੰਦੀ ਹੈ। ਇਸ ਗੱਲ ਦੀ ਪੁਸ਼ਟੀ ਉੱਥੋਂ ਦੇ ਸਰਵੇਲੈਂਸ ਕੈਮਰਾਸ ਤੋਂ ਹੋਈ, ਪਰ ਅਜੇ ਪੁਲਿਸ ਨੇ ਫੁਟੇਜ ਸਾਹਮਣੇ ਨਹੀਂ ਕੀਤੀ, ਕਿਉਂਕਿ ਉਹਦੇ 'ਚ ਅਜੇ ਪੁਲਿਸ ਜਿਹੜੇ ਇੰਜਰਡ ਹੋਏ ਆ ਉਹਨਾਂ ਦੀ ਸ਼ਨਾਖਤ ਤਾਂ ਸ਼ਾਇਦ ਕਰ ਸਕਦੀ ਹੈ, ਪਰ
ਜਿਨ੍ਹਾਂ ਲੋਕਾਂ ਨੇ ਆ ਕੇ ਗੋਲੀਆਂ ਚਲਾਈਆਂ ਦੋ ਜਣਿਆਂ ਨੇ ਔਰ ਗੋਲੀਆਂ ਚਲਾਉਣ ਤੋਂ ਬਾਅਦ ਉੱਥੋਂ ਫਰਾਰ ਹੋ ਜਾਂਦੇ ਆ। ਉਹਨਾਂ ਦੀ ਆਇਡੈਂਟੀ ਸ਼ਾਇਦ ਅਜੇ ਪੁਲਿਸ ਲੀਕ ਨਹੀਂ ਕਰਨਾ ਚਾਹੁੰਦੀ ਕਿਉਂਕਿ ਆਪਣੇ ਲੈਵਲ 'ਤੇ ਉਹ ਉਹਨਾਂ ਨੂੰ ਪਛਾਣਨ ਦੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋਣੇ ਆ। ਅਗਰ ਫੋਟੋਆਂ ਦਿਖਾ ਦਿੱਤੀਆਂ ਗਈਆਂ ਤਾਂ ਹੋ ਸਕਦਾ ਉਹ ਬੰਦੇ ਕਈ ਦਿਨ ਆਪਣੇ ਠਿਕਾਣੇ ਤੋਂ ਬਾਹਰ ਨਾ ਨਿਕਲਣ ਅਤੇ ਆਹਿਸਤਾ ਆਹਿਸਤਾ ਕਰਕੇ ਆਪਣੀ ਸ਼ਕਲ ਆਇਡੈਂਟੀ ਚੇਂਜ ਕਰਕੇ ਕਿਤੇ ਭੱਜਣ ਦੇ ਮੌਕੇ ਲੱਭ ਰਹੇ ਹੋਣ। ਸੋ ਕਈ ਕਾਰਨ ਹੁੰਦੇ ਆ ਪੁਲਿਸ ਦੇ, ਕਈ ਗੱਲਾਂ ਨਾ ਦੱਸਣ ਦੇ। ਗੋਲੀਆਂ ਮਾਰ ਕੇ ਉਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚਦੀ, ਲੇਕਿਨ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਜਿਹੜਾ ਆਦਮੀ ਇੰਜਣ ਹੁੰਦਾ ਜਿਹਦੇ ਧੜ ਤੋਂ ਥੱਲੇ ਦੇ ਹਿੱਸੇ 'ਤੇ ਗੋਲੀਆਂ ਲੱਗੀਆਂ ਸੀ, ਉਹਨੂੰ ਇੱਕ ਪ੍ਰਾਈਵੇਟ ਕਾਰ ਵਿੱਚ ਹੋਸਪਿਟਲ ਲਿਜਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਪੁਲਿਸ ਆਉਂਦੀ ਹੈ ਅਤੇ ਐਂਬੂਲੈਂਸ ਵਿੱਚ ਦੂਸਰੇ ਸ਼ਖਸ ਨੂੰ ਜਿਹਦੇ ਸਰੀਰ ਦੇ ਉੱਪਰਲੇ ਹਿੱਸੇ 'ਚ ਗੋਲੀਆਂ ਲੱਗੀਆਂ ਹੁੰਦੀਆਂ ਉਹਨੂੰ ਕ੍ਰਿਟੀਕਲ ਕੰਡੀਸ਼ਨ 'ਚ ਲੈ ਕੇ ਜਾਂਦੇ ਆ। ਉੱਥੋਂ ਦੇ ਲੋਕਲ ਹੋਸਪਿਟਲ 'ਚ ਐਡਮਿਟ ਕਰਾਉਂਦੇ ਆ। ਹੋਸਪਿਟਲ ਦੀ ਫੋਟੋ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਜੋ ਸਾਡੇ ਮਿੱਤਰ ਸਹਿਯੋਗੀ ਨੇ ਸਾਨੂੰ ਭੇਜੀ ਆ। ਕੇਜੇ ਸਿੰਘ, ਮੈਂ ਉਹਨਾਂ ਨੂੰ ਪਿਆਰ ਨਾਲ ਕੈਨੀ ਸਿੰਘ ਕਹਿਣਾ ਹੁੰਦਾ, ਉਹਨਾਂ ਨੇ ਇੱਕ ਬੜੀ ਖੂਬਸੂਰਤ ਰਿਪੋਰਟ ਉੱਥੋਂ ਸਾਨੂੰ ਬਣਾ ਕੇ ਭੇਜੀ ਆ। ਪਹਿਲਾਂ ਤੁਸੀਂ ਉਹ ਸੁਣ ਲਓ ਤਾਂ ਕਿ ਤੁਹਾਨੂੰ ਆਈਡੀਆ ਹੋ ਜਾਵੇ ਕਿ ਉੱਥੇ ਕਿਸ ਕਿਸ ਤਰੀਕੇ ਨਾਲ ਇਹ ਸਾਰਾ ਘਟਨਾਕ੍ਰਮ ਵਾਪਰਿਆ ਹੈ, ਕਿੱਥੇ ਹੋਇਆ, ਕਿੰਨੇ ਵਜੇ ਹੋਇਆ। ਇਹ ਸਾਰੀ ਡਿਟੇਲ ਕੈਨੀ ਸਿੰਘ ਨੇ ਸਾਨੂੰ ਭੇਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਤੁਸੀਂ ਸੁਣੋ ਉਹਨਾਂ ਨੇ ਇਸ ਪੂਰੇ ਮਾਜਰੇ ਨੂੰ ਲੈ ਕੇ ਕੀ ਕਿਹਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਕੈਨੀ ਆਪਣੇ ਵਿਊਅਰਸ ਵਾਸਤੇ ਲੇਟੈਸਟ ਨਿਊਜ਼ ਲੈ ਕੇ ਆਇਆ ਹਿੰਦ ਪੰਜਾਬ ਚੈਨਲ ਲਈ। ਫਰੈਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈਗੀ ਆ ਸ਼ੂਟਿੰਗ ਦੀ। ਫਰੈਜ਼ਨੋ ਪੁਲਿਸ ਡਿਪਾਰਟਮੈਂਟ ਨੂੰ ਨੋਟੀਫਿਕੇਸ਼ਨ ਮਿਲੀ ਸੀਗੀ 5:25 'ਤੇ ਸ਼ਾਮੀ ਟਿਊਜ਼ਡੇ ਨੂੰ ਵੀ ਗੋਲੀਆਂ ਚੱਲੀਆਂ ਹੈਗੀਆਂ, ਦੋ ਬੰਦੇ ਜ਼ਖਮੀ ਹੋਏ ਹੈਗੇ ਆ। ਇਹ ਇੰਸੀਡੈਂਟ ਹੋਇਆ ਫੇਅਰਮੌਂਟ ਐਂਡ ਹੋਲਟ ਐਵਨਿਊਜ਼ 'ਤੇ ਨੀਅਰ ਸ਼ਾਹ ਐਂਡ ਮਾਰਕਸ ਇਨ ਫਰੈਜ਼ਨੋ ਕੈਲੀਫੋਰਨੀਆ। ਪੁਲਿਸ ਡਿਸਪੈਚਰ ਨੂੰ ਵੀ ਕਈ ਕਾਲਾਂ ਮਿਲੀਆਂ 911 ਕਾਲਸ ਕਿ ਦੋ ਸ਼ੂਟਿੰਗ ਵਿਕਟਿਮ ਮਿਲੇ ਹੈਗੇ ਏਰੀਆ 'ਚ, ਅਤੇ ਇੱਕ ਵਿਕਟਿਮ ਨੂੰ ਹੋਸਪਿਟਲ ਕੋਈ ਲੈ ਕੇ ਗਿਆ ਪ੍ਰਾਈਵੇਟ ਵਹੀਕਲ 'ਚ। ਗਨਸ਼ੋਟ ਵੂੰਡ ਸੀਗੇ ਉਹਦੇ ਲੋਅਰ ਬਾਡੀ 'ਚ, ਉਹ ਹੀ ਇਜ਼ ਲਿਸਟਡ ਇਨ ਸਟੇਬਲ ਕੰਡੀਸ਼ਨ। ਅਤੇ ਜਦੋਂ ਆਫਿਸਰ ਆਏ ਉਹਨਾਂ ਨੇ ਦੂਜਾ ਬੰਦਾ ਲੱਭਿਆ ਜਿਹਨੂੰ ਗਨਸ਼ੋਟ ਵੂੰਡਸ ਟੂ ਦੀ ਅੱਪਰ ਬਾਡੀ ਲੱਗੇ ਹੋਏ ਸੀਗੇ, ਉਹਨੂੰ ਐਂਬੂਲੈਂਸ ਥਾਣੀ ਐਂਬੂਲੈਂਸ ਦੇ ਥਰੂ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਫਰੈਜ਼ਨੋ 'ਚ ਭਰਤੀ ਕਰਾਇਆ ਗਿਆ ਹੈਗਾ। ਉਹਦੀ ਕੰਡੀਸ਼ਨ ਕ੍ਰਿਟੀਕਲ ਦੱਸੀ ਜਾ ਰਹੀ ਹੈ ਐਟ ਦੀ ਮੂਮੈਂਟ। ਅਤੇ ਪੁਲਿਸ ਦਾ ਕਹਿਣਾ ਹੈਗਾ ਗੋਲੀ ਤੋਂ ਪਹਿਲਾਂ ਕੋਈ ਫਿਜ਼ੀਕਲ ਲੜਾਈ ਵੀ ਹੋਈ ਸੀਗੀ ਆਪਸ 'ਚ, ਉਸ ਤੋਂ ਬਾਅਦ ਗੋਲੀ ਚੱਲੀ ਹੈਗੀ ਹੈ। ਅਤੇ ਹੋਲਟ ਐਵਨਿਊ ਨੂੰ ਕਲੋਜ਼ ਕੀਤਾ ਹੋਇਆ, ਪੋਰਸ਼ਨ ਆਫ ਫੇਅਰਮੌਂਟ ਐਵਨਿਊ ਨੂੰ ਵੀ ਕਲੋਜ਼ ਕੀਤਾ ਹੋਇਆ। ਇਹ ਕਈ ਘੰਟੇ ਤੱਕ ਕਲੋਜ਼ ਰਹਿਣਗੀਆਂ ਸਟਰੀਟਸ ਜਦੋਂ ਤੱਕ ਇਨਵੈਸਟੀਗੇਸ਼ਨ ਪੂਰੀ ਨਹੀਂ ਹੁੰਦੀ, ਪਰ ਆਪਣੀ ਪੰਜਾਬੀ ਕਮਿਊਨਿਟੀ 'ਚ ਨਿਊਜ਼ ਫੈਲ ਚੁੱਕੀ ਹੈਗੀ ਆ ਵੀ ਇਹ ਗੋਲਡੀ ਬਰਾੜ ਅਤੇ ਇੱਕ ਉਹਦੇ ਸਾਥੀ 'ਤੇ ਅਟੈਕ ਹੋਇਆ ਹੈਗਾ, ਅਤੇ ਜੱਗੂ ਭਗਵਾਨਪੁਰੀ ਨੇ ਅਟੈਕ ਕਰਾਇਆ ਹੈਗਾ। ਹੁਣ ਪੁਲਿਸ ਦੇ ਅਕੋਰਡਿੰਗ ਅਤੇ ਆਈਡੈਂਟੀ ਉਦੋਂ ਰਿਲੀਜ਼ ਹੋਊਗੀ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਊਗੀ, ਅਤੇ ਇਹਨਾਂ ਦਾ ਡਿਊ ਪ੍ਰੋਸੈਸ ਜਦੋਂ ਪੂਰਾ ਹੋਊਗਾ ਉਦੋਂ ਪ੍ਰੈਸ ਰਿਲੀਜ਼ ਪੁਲਿਸ ਡਿਪਾਰਟਮੈਂਟ ਰਿਲੀਜ਼ ਕਰੂਗਾ ਨੇਮਸ, ਉਸ ਤੋਂ ਪਹਿਲਾਂ ਉਹਨਾਂ ਦੀ ਇਨਵੈਸਟੀਗੇਸ਼ਨ ਚੱਲਦੀ ਰਹੂਗੀ। ਸੋ ਆਪਾਂ ਹੁਣ ਵੇਟ ਕਰਦੇ ਹੈਗੇ ਹਾਂ ਟਾਈਮਿੰਗ ਵੀ ਕਦੋਂ ਪੁਲਿਸ ਦੀ ਰਿਪੋਰਟ ਆਉਂਦੀ ਹੈਗੀ ਆ। ਸੋ ਲੈਟਸ ਵੇਟ ਐਂਡ ਵਾਚ ਐਂਡ ਆਈ ਵਿਲ ਕੀਪ ਯੂ ਅਪਡੇਟਿਡ। ਫਰੈਸਨੋ ਪੁਲਿਸ ਡਿਪਾਰਟਮੈਂਟ ਦੇ ਲੈਫਟੀਨੈਂਟ ਲੈਸਲੀ ਵਿਲੀਅਮਸ ਦਾ ਕਹਿਣਾ ਹੈਗਾ
ਵੀ ਦੋਨੋਂ ਬੰਦੇ ਬੈਕ ਐਲੀ 'ਚ ਖੜ੍ਹੇ ਹੋਏ ਸੀਗੇ ਅਤੇ ਫਿਜ਼ੀਕਲ ਅਲਟਰਕੇਸ਼ਨ ਹੋਈ, ਉਸ ਤੋਂ ਬਾਅਦ ਗੋਲੀ ਚੱਲੀ ਹੈਗੀ ਆ। ਚਲੋ ਤਾਂ ਤੁਸੀਂ ਸੁਣਿਆ ਕਿਵੇਂ ਪੂਰਾ ਘਟਨਾਕ੍ਰਮ ਵਾਪਰਿਆ। ਹੁਣ ਵੱਧਿਆ ਅਗਲੀ ਗੱਲ 'ਤੇ ਕਿ ਅਗਰ ਹਾਲਾਂਕਿ ਅਜੇ ਤੱਕ ਪੁਲਿਸ ਨੇ ਸ਼ਨਾਖਤ ਨਹੀਂ ਦਿੱਤੀ ਮਰਨ ਵਾਲੇ, ਇੰਜਰਡ ਹੋਣ ਵਾਲੇ ਜਾਂ ਅਟੈਕ ਕਰਨ ਵਾਲੇ ਬੰਦੇ ਕੌਣ ਸੀ, ਪਰ ਇਹਦੇ ਕਾਰਨ ਵੀ ਹੋ ਸਕਦੇ। ਲੇਕਿਨ ਇਹਦੇ ਦੂਸਰੇ ਪਾਸੇ ਜਿਹੜਾ ਪੱਖ ਉੱਭਰ ਕੇ ਸਾਹਮਣੇ ਆ ਰਿਹਾ, ਗੋਲਡੀ ਬਰਾੜ ਦਾ ਗੈਂਗ, ਲਾਰੈਂਸ ਬਿਸ਼ਨੋਈ ਦਾ ਗੈਂਗ, ਇਹਨਾਂ ਵੱਲੋਂ ਅਜੇ ਤੱਕ ਇਸ ਗੱਲ ਦਾ ਖੰਡਨ ਨਹੀਂ ਕੀਤਾ ਗਿਆ। ਇਹ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਗੱਲ ਆ। ਉੱਥੋਂ ਦੇ ਸਾਢੇ 5 ਵਜੇ ਸ਼ਾਮ ਦੇ ਹੁਣ ਉੱਤੇ ਤਕਰੀਬਨ ਰਾਤ ਦੇ 3 ਵੱਜ ਗਏ ਹੋਣੇ ਆ, ਅਤੇ 5, 7, 12 ਅਤੇ 3, 10 ਘੰਟੇ ਹੋਣ ਦੇ ਬਾਅਦ ਵੀ ਅਜੇ ਤੱਕ ਕਿਤੇ ਵੀ ਇਹਨਾਂ ਦੇ ਆਦਮੀ ਨੇ ਇਸ ਗੱਲ ਦਾ ਖੰਡਨ ਨਹੀਂ ਕੀਤਾ ਕਿ ਗੋਲਡੀ ਬਰਾੜ ਔਰ ਉਸਦੇ ਸਾਥੀਆਂ 'ਤੇ ਹਮਲਾ ਨਹੀਂ ਹੋਇਆ, ਨਾ ਹੀ ਗੋਲਡੀ ਬਰਾੜ ਦਾ ਕੋਈ ਸੁਨੇਹਾ ਸਾਹਮਣੇ ਆਇਆ ਹੈ। ਜਦੋਂ ਬੰਦਾ ਜਿਉਂਦਾ ਹੁੰਦਾ ਅਤੇ ਉਹਦੀਆਂ ਮੌਤ ਦੀਆਂ ਖਬਰਾਂ ਚੱਲਣ ਲੱਗ ਜਾਣ ਤਾਂ ਉਹ ਸਭ ਤੋਂ ਪਹਿਲਾਂ ਸੋਚ ਸਮਝ ਕੇ ਵਿਚਾਰ ਕਰਕੇ ਕੁਝ ਘੰਟਿਆਂ ਬਾਅਦ ਸਾਹਮਣੇ ਆ ਹੀ ਜਾਂਦਾ, ਬਲਕਿ ਉਹਨੇ ਤਾਂ ਖੁੱਲ੍ਹਾ ਚੈਲੇਂਜ ਕਰਨਾ ਸੀ ਕਿ ਦੇਖੋ ਇਹ ਸਾਨੂੰ ਜਿਉਂਦੇ ਜੀ ਮਾਰੀ ਜਾਂਦੇ ਆ, ਕਿਹਦੀ ਹਿੰਮਤ ਹੈ ਸਾਨੂੰ ਮਾਰ ਦੇਣ। ਇੱਕ ਆਪਣੀ ਪਹਿਲੀ ਇੰਟਰਵਿਊ 'ਚ ਗੋਲਡੀ ਬਰਾੜ ਨੇ ਕਿਹਾ ਸੀ ਕਿ ਮੈਨੂੰ ਕੋਈ ਮਾਰ ਨਹੀਂ ਸਕਦਾ ਕਿਉਂਕਿ ਮੈਂ ਹਰ ਵੇਲੇ ਆਪਣੇ ਹਥਿਆਰ ਆਪਣੇ ਨਾਲ ਰੱਖਦਾ, ਇਸ ਤੋਂ ਪਹਿਲਾਂ ਕਿ ਮੇਰੀ ਜਾਨ 'ਤੇ ਕੋਈ ਖਤਰਾ ਹੋਵੇ ਮੈਂ ਖੁਦ ਮਰ ਜੂੰਗਾ, ਪਰ ਕਿਸੇ ਦੇ ਮਾਰਿਆ ਨਹੀਂ ਮਰੂੰਗਾ। ਉਹਨੇ ਗੱਲ ਪੁਲਿਸ ਨੂੰ ਲੈ ਕੇ ਵੀ ਕਹੀ ਸੀ ਕਿ ਇਸ ਤੋਂ ਪਹਿਲਾਂ ਕਿ ਪੁਲਿਸ ਮੈਨੂੰ ਅਰੈਸਟ ਕਰੇ, ਇਸ ਕਰਕੇ ਉਸ ਤੋਂ ਪਹਿਲਾਂ ਮੈਂ ਜਿਉਂਦਾ ਜੀ ਪੁਲਿਸ ਦੇ ਹੱਥ ਨਹੀਂ ਆਊਂਗਾ, ਖੁਦ ਮਰ ਜਾਊਂਗਾ। ਸੋ ਇੰਨਾ ਮਾਣ ਸੀ ਉਸ ਬੰਦੇ ਨੂੰ ਆਪਣੇ ਹਥਿਆਰਾਂ 'ਤੇ ਅਤੇ ਆਪਣੇ ਜ਼ਿੰਦਾ ਰਹਿਣ 'ਤੇ ਕਿ ਮੈਂ ਮਰੂੰਗਾ ਤਾਂ ਆਪਣੀ ਮਰਜ਼ੀ ਨਾਲ ਮਰੂੰਗਾ। ਔਰ ਅੱਜ ਜਦੋਂ ਇਹ ਹਮਲਾ ਹੁੰਦਾ ਹੈ, ਕੀ ਇਹਨੇ ਵੀ ਕੋਈ ਜਵਾਬੀ ਫਾਇਰਿੰਗ ਕੀਤੀ ਜਾਂ ਇਹਨੂੰ ਮੌਕਾ ਹੀ ਨਹੀਂ ਮਿਲਿਆ ਫਾਇਰਿੰਗ ਕਰਨ ਦਾ, ਜਾਂ ਸ਼ਾਇਦ ਇਹਨੂੰ ਲੱਗਦਾ ਨਹੀਂ ਹੋਣਾ ਕਿ ਮੇਰੇ ਘਰ ਦੇ ਥੱਲੇ ਆ ਕੇ ਉਹ ਨਿੱਕੀ ਜਿਹੀ ਗਲੀ 'ਚ ਐਲੀ 'ਚ ਆ ਕੇ ਕੋਈ ਮੈਨੂੰ ਗੋਲੀਆਂ ਮਾਰ ਸਕਦਾ, ਕਈ ਵਾਰੀ ਓਵਰ ਕੌਨਫੀਡੈਂਸ ਵੀ ਹੋ ਜਾਂਦਾ। ਮੈਂ ਤੁਹਾਨੂੰ ਪਹਿਲਾਂ ਇੱਕ ਐਪੀਸੋਡ ਦੱਸਿਆ ਸੀ ਕਿ ਲੰਡਾ ਹਰੀ ਕੇ ਬੜੇ ਮਹੀਨਿਆਂ ਤੋਂ ਚੁੱਪ ਬੈਠਾ, ਕੋਈ ਬਿਆਨ ਨਹੀਂ ਆ ਰਿਹਾ ਉਹਦਾ। ਕਿਤੇ ਨਾ ਕਿਤੇ ਜਦੋਂ ਦੋ ਧੜਿਆਂ ਦੀਆਂ ਦੁਸ਼ਮਣੀਆਂ ਚੱਲਦੀਆਂ ਹੁੰਦੀਆਂ, ਉਹਦੇ 'ਚ ਇੱਕ ਧੜਾ ਜਦੋਂ ਚੁੱਪ ਕਰਕੇ ਬੈਠਾ ਹੋਵੇ ਤਾਂ ਉਹਨੂੰ ਇਹ ਨਹੀਂ ਸਮਝਿਆ ਜਾਣਾ ਚਾਹੀਦਾ ਕਿ ਉਹ ਹਾਰ ਗਿਆ ਜਾਂ ਥੱਕ ਗਿਆ ਜਾਂ ਡਰ ਗਿਆ। ਉਹ ਅਸਲ 'ਚ ਆਪਣੇ ਅਗਲੇ ਕਿਸੇ ਐਕਸ਼ਨ ਦੀ ਤਿਆਰੀ ਕਰ ਰਿਹਾ ਹੁੰਦਾ। ਇਸੇ ਤਰ੍ਹਾਂ ਅਰਸ਼ ਡੱਲਾ ਵੀ ਕਈ ਮਹੀਨਿਆਂ ਤੋਂ, ਤਕਰੀਬਨ ਮੇਰੀ ਸ਼ਾਇਦ 11ਵੇਂ ਮਹੀਨੇ 'ਚ ਪਿਛਲੇ ਸਾਲ ਉਹਦੇ ਨਾਲ ਗੱਲ ਹੋਈ ਸੀ, ਉਸ ਤੋਂ ਬਾਅਦ ਉਹ ਵੀ ਚੁੱਪ ਬੈਠਾ। ਕਿਤੇ ਨਾ ਕਿਤੇ ਇਹ ਲੋਕ ਤਿਆਰੀਆਂ ਕਰਦੇ ਹੋਣੇ ਆ। ਲਾਰੈਂਸ ਬਿਸ਼ਨੋਈ ਗੈਂਗ ਦੇ ਖਿਲਾਫ਼ ਇੱਕ ਗੱਡਾ ਮੋਰਚਾ ਖੋਲ੍ਹਿਆ ਜਾ ਚੁੱਕਾ ਪਹਿਲਾਂ ਤੋਂ, ਔਰ ਕਾਫ਼ੀ ਸਾਰੀਆਂ ਦੁਸ਼ਮਣੀਆਂ ਇਹਨਾਂ ਦੀਆਂ ਨਿਕਲ ਕੇ ਸਾਹਮਣੇ ਆਈਆਂ। ਲੰਡਾ ਨੇ ਇੱਕ ਆਪਣੇ ਪੋਸਟ 'ਚ ਇਹ ਵੀ ਕਿਹਾ ਸੀ ਕਿ ਸਾਰੇ ਜਿਹੜੇ ਗੈਂਗ ਆ ਇਹ ਏਜੰਸੀਆਂ ਨਾਲ ਮਿਲੇ ਹੋਏ ਆ, ਉਹਨਾਂ ਨਾਲ ਮਿਲ ਕੇ ਕੰਮ ਕਰਦੇ ਆ ਔਰ ਸਾਡੇ ਬੰਦਿਆਂ ਨੂੰ ਝੂਠੇ ਕੇਸਾਂ 'ਚ ਫਸਾ ਰਹੇ ਆ। ਉਹਨੇ ਇਹ ਵੀ ਕਿਹਾ ਸੀ ਕਿ ਮੇਰੇ ਤਾਂ 400 ਬੰਦਿਆਂ ਦੇ ਘਰ ਰੇਡ ਪੈ ਗਈ, ਇਹਨਾਂ ਦੇ ਘਰ ਕੋਈ ਜਾਂਦਾ ਨਹੀਂ, ਕੋਈ ਵੜਦਾ ਨਹੀਂ।
ਤੋ ਇਹ ਗਿਲੇ ਸਿੱਕਵੇ ਅੰਡਰਵਰਲਡ ਦੇ ਲੋਕ ਆਪਸ ਕਰਦੇ ਰਹਿੰਦੇ ਆ। ਅਤੇ ਦੂਸਰਾ, ਜਿਹੜੀਆਂ ਸਾਡੀਆਂ ਏਜੰਸੀਆਂ ਦੀ ਖਾਸ ਤੌਰ 'ਤੇ ਪੰਜਾਬ ਪੁਲਿਸ ਦੀ ਚੁੱਪੀ ਹੈ, ਉਹਦੇ ਵੀ ਕਾਰਨ ਹੋ ਸਕਦੇ ਆ। ਤੁਹਾਨੂੰ ਯਾਦ ਹੋਣਾ, ਪਿਛਲੇ ਸਾਲ ਜਦੋਂ ਗੋਲਡੀ ਬਰਾੜ ਦੇ ਅਰੈਸਟ ਹੋਣ ਦੀ ਖਬਰ ਆਈ ਸੀ, ਕਿ FBI ਨੇ ਉਹਨੂੰ ਅਰੈਸਟ ਕਰ ਲਿਆ, ਉਦੋਂ ਸਾਡੇ ਮੁੱਖ ਮੰਤਰੀ ਗੁਜਰਾਤ ਵਿੱਚ ਇੱਕ ਇਲੈਕਸ਼ਨ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਬੜੇ ਮਾਣ ਨਾਲ ਉਹਨਾਂ ਨੇ ਕਿਹਾ ਕਿ ਗੋਲਡੀ ਬਰਾੜ ਅਮਰੀਕਾ 'ਚ ਫੜਿਆ ਜਾ ਚੁੱਕਾ, ਸਾਡੇ ਉਹਦੇ ਉੱਥੋਂ ਦੀ ਅਥਾਰਟੀਜ਼ ਨਾਲ ਗੱਲਬਾਤ ਚੱਲ ਰਹੀ ਆ, ਅਸੀਂ ਉਹਨਾਂ ਦੇ ਕੰਟੈਕਟ 'ਚ ਹਾਂ, ਔਰ ਬਹੁਤ ਜਲਦੀ ਗੋਲਡੀ ਬਰਾੜ ਨੂੰ ਵਾਪਸ ਭਾਰਤ ਲਿਆਂਦਾ ਜਾਊਗਾ ਔਰ ਉਹਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕੀਤਾ ਜਾਊਗਾ। ਇਹੋ ਜਿਹਾ ਬਿਆਨ ਸਾਡੇ DGP ਸਾਹਿਬ ਨੇ ਵੀ ਦਿੱਤਾ ਸੀ, ਲੇਕਿਨ ਬਾਅਦ 'ਚ ਸਾਰੇ ਚੁੱਪ, ਸਾਰੇ ਨੂੰ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਗੋਲਡੀ ਬਰਾੜ ਨੇ ਇੱਕ ਬਿਆਨ ਦਿੱਤਾ ਕਿ ਮੈਨੂੰ ਕਿਸੇ ਨੇ ਨਹੀਂ ਫੜਿਆ, ਮੈਂ ਠੀਕ ਠਾਕ ਹਾਂ, ਮੈਂ ਆਪਣੇ ਠਿਕਾਣੇ 'ਤੇ ਬੈਠਾ ਹਾਂ। ਉਦੋਂ ਹੀ ਉਹਨੇ ਕਿਹਾ ਸੀ ਕਿ ਮੈਂ ਕਿਸੇ ਦੇ ਹੱਥ ਨਹੀਂ ਆਊਂਗਾ, ਮੈਂ ਮਰ ਜਾਣਾ ਬਿਹਤਰ ਸਮਝੂੰਗਾ ਪਰ ਹੱਥ ਕੜੀਆਂ ਨਹੀਂ ਲੱਗਣ ਦੇਣੀਆਂ। ਸੋ ਦੋਸਤੋ, ਬਹੁਤ ਗੰਭੀਰ ਔਰ ਸਨਸਨੀਖੇਜ਼ ਇਹ ਘਟਨਾ ਹੈ। ਪਰਦੇਸ਼ 'ਚ ਬੈਠੇ ਸਾਡੇ ਗੈਂਗਸਟਰ ਜਿਹੜੇ ਇਹ ਸੋਚ ਕੇ ਦੇਸ਼ ਛੱਡ ਕੇ ਗਏ ਸੀ ਕਿ ਬਾਹਰ ਬੈਠ ਕੇ ਉਹ ਸੁਰੱਖਿਅਤ ਹੋਣਗੇ, ਇੱਕ ਇੱਕ ਕਰਕੇ ਚੱਲਦੇ ਵਸਦੇ ਨਜ਼ਰ ਆਉਂਦੇ ਹੈ। ਪਾਕਿਸਤਾਨ 'ਚ ਹਮਲੇ ਹੋਏ, ਕੁਛ ਲੋਕ ਉੱਥੇ ਮਾਰੇ ਗਏ, ਇੰਗਲੈਂਡ 'ਚ ਇੱਕ ਬੰਦਾ ਬਲੱਡ ਕੈਂਸਰ ਨਾਲ ਮਰ ਗਿਆ, ਔਰ ਕੈਨੇਡਾ 'ਚ ਇੱਕ ਆਦਮੀ ਨੂੰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਲੋਟ 'ਚ ਮਾਰ ਦਿੱਤਾ ਗਿਆ। ਉਸ ਤੋਂ ਬਾਅਦ ਕਈ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿੱਥੇ ਕਿਤੇ ਨਾ ਕਿਤੇ ਦੂਜੀਆਂ ਸਰਕਾਰਾਂ ਨੇ ਭਾਰਤ ਸਰਕਾਰ ਦੀਆਂ ਏਜੰਸੀਆਂ ਨੂੰ ਬਰੇਮ ਕੀਤਾ ਕਿ ਉਹ ਸਾਡੇ ਕੰਟਰੀ 'ਚ ਆ ਕੇ ਸਾਡੇ ਨੈਚਰਲਸ ਨੂੰ ਮਰਵਾਉਣ ਦਾ ਕੰਮ ਕਰ ਰਹੀਆਂ। ਡਿਪਲੋਮੈਟਿਕ ਖਿੱਚਾਤਾਣ ਵੀ ਵਧੀ, ਪਰ ਅਲਟੀਮੇਟਲੀ ਨਿਕਲਿਆ ਕੁਛ ਨਹੀਂ, ਕਿਸੇ ਇਨਕੁਆਇਰੀ ਦਾ ਕੋਈ ਨਤੀਜਾ ਨਹੀਂ ਨਿਕਲਿਆ। ਅਜੇ ਕੱਲ੍ਹ ਆਪਾਂ ਇੱਕ ਰਿਪੋਰਟ ਬਣਾਈ, ਤੁਸੀਂ ਸੁਣੀ, ਜਿਹੜੀ ਅੱਜ ਚੱਲ ਰਹੀ ਹੈ ਕਿ ਕਿਵੇਂ ਅਮੈਰੀਕਾ ਨੇ ਭਾਰਤ ਸਰਕਾਰ ਦੇ ਰਾਹ ਦੇ ਇੱਕ ਸਾਬਕਾ ਅਫਸਰ ਨੂੰ ਨਾਂ ਲੈ ਕੇ ਕਹਿ ਦਿੱਤਾ ਕਿ ਇਹ ਆਦਮੀ ਗੁਰਪਤਵੰਤ ਸਿੰਘ ਪੰਨੂ ਨੂੰ ਮਰਵਾਉਣ ਦੀ ਪਲੈਨਿੰਗ ਕਰ ਰਿਹਾ ਸੀ। ਤੋ ਦੋਸਤੋ, ਇਹ ਕਾਰਨ ਨੇ, ਜਦੋਂ ਇੱਕ ਗੈਂਗ ਬਹੁਤ ਜ਼ਿਆਦਾ ਅੱਗੇ ਵੱਧ ਜਾਂਦਾ ਅਤੇ ਉਹਨਾਂ ਦਾ ਜਿਹੜਾ ਇੱਕ ਕੌਨਫੀਡੈਂਸ ਲੈਵਲ ਹੁੰਦਾ ਉਹ ਇੰਨਾ ਕੁ ਹੋਰ ਵੱਧਦਾ, ਜਿਹੜਾ ਓਵਰ ਕੌਨਫੀਡੈਂਸ ਦਾ ਨਾਂ ਲੈ ਲੈਂਦਾ। ਉਹਨਾਂ ਨੂੰ ਲੱਗਦਾ ਕਿ ਰੱਬ ਤਾਂ ਅਸੀਂ ਹਾਂ, ਬਾਕੀ ਤਾਂ ਸਾਰੇ ਐਵੇਂ ਹੈਰਾ ਗਹਿਰਾ ਹੀ ਆ, ਜਿਹਨੂੰ ਮਰਜ਼ੀ ਮਾਰ ਦਈਏ, ਜਿਹਨੂੰ ਮਰਜ਼ੀ ਡਰਾ ਲਈਏ, ਜਿਹਨੂੰ ਮਰਜ਼ੀ ਧਮਕਾ ਦਈਏ। ਇਹਦੇ ਨਾਲ ਦੂਸਰੀ ਖਬਰ ਮੁੰਬਈ ਤੋਂ ਵੱਡੀ ਆ ਰਹੀ ਹੈ ਕਿ ਲੋਰੈਂਸ ਬਿਸ਼ਨੋਈ ਦੇ ਪਿੰਡ ਦਾ ਉਹ ਬੰਦਾ ਥਾਪਨ, ਅਨੁਜ ਥਾਪਨ ਨੇ, ਉਹ ਆਦਮੀ ਨੇ ਅੱਜ ਮੁੰਬਈ ਦੀ ਉਸ ਹਵਾਲਾਤ ਵਿੱਚ ਜਿੱਥੇ ਉਹਨੂੰ ਬੰਦ ਰੱਖਿਆ ਸੀ ਉੱਥੇ ਸੁਇਸਾਈਡ, ਉਹਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਅਤੇ ਗੰਭੀਰ ਰੂਪ ਵਿੱਚ ਹਸਪਤਾਲ ਵਿੱਚ ਦਾਖਲ ਹੈ। ਮੈਂ ਅਜੇ ਹੁਣੇ ਮੇਰੇ ਕੋਲ ਖਬਰ ਆਈ ਹੈ ਰਿਕਾਰਡ ਕਰਨ ਤੋਂ 2 ਮਿੰਟ ਪਹਿਲਾਂ, ਮੈਂ ਸ਼ਾਮ ਨੂੰ ਇੱਕ ਵੱਖਰਾ ਐਪੀਸੋਡ ਉਹਦੇ 'ਤੇ ਵੀ ਬਣਾਊਂਗਾ। ਇਹ ਉਹੀ ਥਾਪਨ ਹੈ ਜਿਹਨੂੰ ਮੁੰਬਈ ਪੁਲਿਸ ਦਾ ਐਨਕਾਊਂਟਰ ਸਪੈਸ਼ਲਿਸਟ ਦਇਆ ਨਾਇਕ ਪੰਜਾਬ 'ਚ ਆ ਕੇ ਪੰਜਾਬ ਪੁਲਿਸ ਦੀ ਮਦਦ ਨਾਲ ਫੜ ਕੇ ਲੈ ਕੇ ਗਿਆ ਸੀ। ਉਹਦੇ ਨਾਲ ਦੂਸਰਾ ਬੰਦਾ ਵੀ ਸੀ, ਇਹਨਾਂ ਦੋਨਾਂ ਨੂੰ ਇੱਥੋਂ ਫੜ ਕੇ ਲਿਜਾਂਦਾ ਗਿਆ ਸੀ। ਦੋ ਬੰਦੇ ਪਹਿਲਾਂ ਸਲਮਾਨ ਖਾਨ ਅਤੇ ਫਾਇਰਿੰਗ ਦੇ ਕੇਸ ਫੜੇ ਗਏ ਸੀ, ਜਿਹੜੇ ਗੋਲੀਆਂ ਚਲਾਉਣ ਵਾਲੇ ਸੀ, ਅਤੇ ਦੋ ਇਹ ਬੰਦੇ ਉਹ ਕਹੇ ਜਾਂਦੇ ਆ ਜਿਹੜੇ
ਜਿਨ੍ਹਾਂ ਨੇ ਹਥਿਆਰ ਸਪਲਾਈ ਕੀਤੇ ਸੀ। ਅਤੇ ਇੱਕ ਸੈਪਰੇਟ ਆਈਟਮ ਹੈ ਇਹਦੇ 'ਤੇ, ਰਾਤ ਨੂੰ ਹਿੰਦੀ 'ਚ ਬਣਾਊਂਗਾ, ਹੋ ਸਕਦਾ ਪੰਜਾਬੀ 'ਚ ਵੀ ਬਣਾ ਲਈਏ, ਪਰ ਨਿਗਾਹ ਰਹੇਗੀ। ਸ਼ਾਇਦ ਦੇਰ ਰਾਤ ਸਾਨੂੰ ਇੱਕ ਹੋਰ ਐਪੀਸੋਡ ਬਣਾਉਣਾ ਪਵੇ ਗੋਲਡੀ ਬਰਾੜ ਦੇ ਕੇਸ ਨੂੰ ਲੈ ਕੇ, ਜੋ ਹੋਰ ਇਨਪੁਟਸ ਉੱਥੋਂ ਆਉਣਗੇ। ਸਾਡੇ ਸਹਿਯੋਗੀ ਕੈਨੀ ਸਿੰਘ ਲਗਾਤਾਰ ਇਹਦੇ 'ਤੇ ਨਿਗਾਹ ਬਣਾ ਕੇ ਰੱਖੇ ਹੋਏ ਆ। ਹਾਲਾਂਕਿ ਉੱਥੇ ਅਰਲੀ ਮੋਰਨਿੰਗ ਦਾ ਸਮਾਂ ਹੋ ਜਾਣਾ ਕੁਝ ਘੰਟਿਆਂ ਬਾਅਦ, ਲੇਕਿਨ ਉਹ ਅਜੇ ਵੀ ਜਾਗ ਰਹੇ ਨੇ, ਹਰ ਚੀਜ਼ 'ਤੇ ਨਿਗਾਹ ਰੱਖੀ ਆ। ਅੱਧੇ ਅੱਧੇ ਘੰਟੇ ਬਾਅਦ ਮੈਨੂੰ ਅਪਡੇਟ ਵੀ ਦੇ ਰਹੇ ਆ। ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਇੱਕ ਵਾਰੀ ਫਿਰ। ਇਹੋ ਜਿਹੇ ਜਿਹੜੇ ਸਾਡੇ ਸਹਿਯੋਗੀ ਨੇ, ਉਹਨਾਂ ਦੀ ਹਿੰਮਤ ਔਰ ਉਹਨਾਂ ਦੀ ਜਿਹੜੀ ਕਮਿਟਮੈਂਟ ਹੈ, ਜਾਂ ਉਹ ਆਪਣੀ ਇੱਕ ਜ਼ਿੰਮੇਦਾਰੀ ਸਮਝਦੇ ਆ ਕਿ ਅਸੀਂ ਇਸ ਚੈਨਲ ਨਾਲ ਜੁੜੇ ਹੋਏ ਹਾਂ, ਇਹਨਾਂ ਸਾਰਿਆਂ ਨਾਲ ਮਿਲ ਕੇ ਜਿਹੜਾ ਟੀਮ ਵਰਕ ਬਣਦਾ, ਉਹਦੇ ਨਾਲ ਹੀ ਚੈਨਲ ਚੱਲਦੀਆਂ। ਮੈਂ ਤਾਂ ਪਹਿਲੀ ਮਈ ਨੂੰ ਬੰਦ ਕਰਨ ਦੀ ਸੋਚਿਆ ਸੀ, ਇਹਨੂੰ ਚਾਲੂ ਰੱਖਣ 'ਚ ਵੀ ਕੈਨੀ ਭਾਈ ਦਾ ਬਹੁਤ ਹੱਥ ਆ। ਉਹ ਕਹਿੰਦੇ ਅਸੀਂ ਤੁਹਾਡੇ ਨਾਲ ਹਾਂ, ਤੁਹਾਡੀ ਪੂਰੀ ਮਦਦ ਕਰਾਂਗੇ, ਹੋਰ ਬੰਦੇ ਵੀ ਨਾਲ ਜੋੜਾਂਗੇ, ਤੁਸੀਂ ਬੰਦ ਨਹੀਂ ਕਰਨਾ, ਭਾਵੇਂ ਘੱਟ ਐਪੀਸੋਡ ਬਣਾ ਲਿਆ ਕਰੋ। ਪਰ ਜਦੋਂ ਮੈਂ ਬੰਦ ਕਰਨ ਦੀ ਸੋਚ ਰਿਹਾ ਸੀ, ਉਦੋਂ ਕੰਮ ਵਧ ਗਿਆ। ਕੁਝ ਘਟਨਾਵਾਂ ਇਹੋ ਜਿਹੀਆਂ ਹੋ ਰਹੀਆਂ ਜਿਹਨਾਂ ਨੂੰ ਮਿਸ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਮੈਨੂੰ ਸ਼ਾਇਦ ਦਿਨ ਅੱਜ 2 ਐਪੀਸੋਡ ਵੀ ਬਣਾਉਣੇ ਪੈ ਜਾਣ। ਇਹ ਜਿਹੜਾ ਮੈਂ ਰਾਤ ਨੂੰ ਬਣਾਉਣਾ ਸੀ, ਕੱਲ੍ਹ ਸਵੇਰੇ ਚੱਲਣਾ ਸੀ, ਉਹ ਅੱਜ ਦੁਪਹਿਰੇ ਬਣਾਉਣਾ ਪੈ ਗਿਆ। ਖੈਰ, ਜ਼ਿੰਮੇਦਾਰੀ ਹੈ ਤੁਹਾਡੇ ਨਾਲ ਲੇਟੈਸਟ ਜਿਹੜੀਆਂ ਘਟਨਾਵਾਂ ਹੁੰਦੀਆਂ ਉਹ ਸਾਂਝੀਆਂ ਕਰਨਾ ਸਾਡਾ ਫਰਜ਼ ਬਣਦਾ, ਇਸੇ ਕਰਕੇ ਚੈਨਲ ਚਲਾਉਂਦੇ ਹਾਂ। ਆਸ ਕਰਦੇ ਹਾਂ ਤੁਹਾਨੂੰ ਸਾਡਾ ਇਹ ਉਪਰਾਲਾ ਪਸੰਦ ਆਏਗਾ। ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰੋ, ਇਹਨੂੰ ਸਬਸਕ੍ਰਾਈਬ ਕਰੋ, ਅਤੇ ਨਾਲ ਦੀ ਨਾਲ ਨੋਟੀਫਿਕੇਸ਼ਨ ਦੀ ਬੈਲ ਵੀ ਜ਼ਰੂਰ ਦੱਬ ਦਿਆ ਕਰੋ, ਤਾਂ ਕਿ ਤੁਹਾਨੂੰ ਸਮੇਂ ਸਿਰ ਪਤਾ ਲੱਗ ਜੇ ਕਿ ਸਾਡਾ ਨਵਾਂ ਐਪੀਸੋਡ ਯੂਟਿਊਬ 'ਤੇ ਲੋਡ ਹੋ ਚੁੱਕਾ। ਸੋ ਦੋਸਤੋ, ਇੱਕ ਵਾਰੀ ਰਾਤ ਨੂੰ ਫਿਰ ਮਿਲਾਂਗੇ ਤੁਹਾਨੂੰ। ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।